ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਅਜੀਤ ਵੈਬ ਟੀ ਵੀ ਦੇ ਦਰਸ਼ਕਾਂ ਦਾ ਜਾਇਕਾ ਪ੍ਰੋਗਰਾਮ ਵਿੱਚ ਸਵਾਗਤ ਹੈ ਅਤੇ ਅੱਜ ਅਸੀਂ ਮੁਗਲਈ ਪਨੀਰ ਬਣਾਉਣ ਜਾ ਰਹੇ ਹਾਂ। ਬੜੀ ਸਿੰਪਲ ਜਿਹੀ ਰੈਸਪੀ ਹੈ। ਅਕਸਰ ਤੁਸੀਂ ਟਮਾਟਰ ਪਿਆਜ਼ ਪਾ ਕੇ ਪਨੀਰ ਜਿਹੜਾ ਹੈ ਬਣਾ ਲੈਂਦੇ ਹੋ, ਬਟ ਇਹ ਥੋੜ੍ਹੀ ਜਿਹੀ ਹਟ ਕੇ ਰੈਸਪੀ ਹੈ। ਇਸ ਦੇ ਵਿੱਚ ਥੋੜ੍ਹਾ ਜਿਹਾ ਮੁਗਲਾਂ ਵਾਲਾ ਟੱਚ ਆਏਗਾ, ਜਿਹੜੇ ਕਿ ਉਦੋਂ ਰਾਜੇ ਮਹਾਰਾਜੇ ਖਾਂਦੇ ਸੀ। ਅੱਜ ਅਸੀਂ ਵੀ ਇਹ ਜਿਹੜੀ ਡਿਸ਼ ਹੈ ਬਣਾ ਕੇ ਅਸੀਂ ਖਾਵਾਂਗੇ ਅਤੇ ਸਾਰੇ ਜਣੇ ਆਓ, ਸਮੱਗਰੀ ਇਸਦੀ ਨੋਟ ਕਰੀਏ। ਓਇਲ ਸਾਡਾ ਗਰਮ ਹੋ ਚੁੱਕਿਆ ਹੈ। ਹੁਣ ਅਸੀਂ ਇਸਦੇ ਵਿੱਚ ਥੋੜ੍ਹਾ ਜਿਹਾ ਅਸੀਂ ਜਿਹੜਾ ਹੈਗਾ ਆਹ ਦੇਖੋ ਗਰਮ ਹੈ, ਪਨੀਰ ਐਡ ਕਰਾਂਗੇ। ਪਨੀਰ ਨੂੰ ਸਾਰੇ ਨੂੰ ਅੱਧੇ ਕਿਲੋ ਪਨੀਰ ਨੂੰ ਅਸੀਂ ਫਰਾਈ ਕਰਾਂਗੇ। ਫਰਾਈ ਕਰਨ ਵਾਸਤੇ ਗੋਲਡਨ ਬਰਾਊਨ ਕਰਨਾ ਹੈ ਅਸੀਂ ਕਲਰ, ਸਿਰਫ ਗੋਲਡਨ ਬਰਾਊਨ। ਬਹੁਤ ਜਲਦੀ ਹੋ ਜਾਏਗਾ ਗਰਮ ਜਿਹੜਾ ਫਰਾਈ ਹੈ ਪਨੀਰ। ਜਿਹੜੇ ਜਿਹੜੇ ਪੀਸ ਹੁੰਦੇ ਜਾਣਗੇ ਅਸੀਂ ਚੁੱਕਦੇ ਜਾਵਾਂਗੇ। ਬਹੁਤ ਜ਼ਿਆਦਾ ਇਸਨੂੰ ਫਰਾਈ ਨਹੀਂ ਕਰਨਾ, ਬਹੁਤ ਲਾਈਟ ਜਿਹਾ ਗੋਲਡਨ ਜਿਹਾ ਇਹਦੇ 'ਚ ਕਲਰ ਆ ਜਾਏ ਅਤੇ ਬਸ ਇਸਨੂੰ ਪਨੀਰ ਨੂੰ ਕੱਢ ਲੈਣਾ ਅਸੀਂ। ਪਨੀਰ ਅਸੀਂ ਫਰਾਈ ਕਰ ਲਿਆ। ਹੁਣ ਸਾਡੇ ਕੋਲ ਜਿਹੜੇ 6 ਪਿਆਜ਼ ਸੀਗੇ ਅਸੀਂ ਉਸਨੂੰ ਫਰਾਈ ਕਰਨ ਜਾ ਰਹੇ ਹਾਂ ਪਿਆਜ਼ਾਂ ਨੂੰ। ਇਸਨੂੰ ਸਿਰਫ ਗੋਲਡਨ ਬਰਾਊਨ ਕਰਨਾ ਅਸੀਂ। ਜਦੋਂ ਇਹ ਗੋਲਡਨ ਬਰਾਊਨ ਹੋ ਜਾਣਗੇ ਫਿਰ ਅਸੀਂ ਇਸਦਾ ਪੇਸਟ ਤਿਆਰ ਕਰ ਲਾਂਗੇ, ਇਸਨੂੰ ਗ੍ਰਾਇੰਡ ਕਰ ਲਾਂਗੇ ਸਾਰੇ ਨੂੰ। ਪਿਆਜ਼ਾਂ ਨੂੰ ਗ੍ਰਾਇੰਡ ਕਰ ਰਹੇ ਹਾਂ। ਪਿਆਜ਼ ਸਾਡੇ ਗ੍ਰਾਇੰਡ ਹੋ ਚੁੱਕੇ ਨੇ। ਹੁਣ ਅਸੀਂ ਗੈਸ ਫਿਰ ਤੋਂ ਔਨ ਕਰਾਂਗੇ। 2 ਤੋਂ 3 ਚਮਚ ਆਇਲ ਪਾਵਾਂਗੇ, ਸਿਰਫ 2 ਤੋਂ 3 ਚਮਚ ਆਇਲ ਐਡ ਕਰਾਂਗੇ। ਪਿਆਜ਼ ਜਿਹੜੇ ਹੈ ਭੁੱਜੇ ਹੋਏ ਅਤੇ ਗ੍ਰਾਇੰਡ ਕੀਤੇ ਹੋਏ ਅਸੀਂ ਇਹ ਪਾ ਦਿੱਤੇ। ਗੈਸ ਕਰਾਂਗੇ ਸਲੋ। ਕਾਜੂ ਅਤੇ ਖਸਖਸ ਹੈ ਉਸਨੂੰ ਵੀ ਅਸੀਂ ਗ੍ਰਾਇੰਡ ਕਰਾਂਗੇ, ਉਸਦਾ ਵੀ ਪੇਸਟ ਤਿਆਰ ਕਰਾਂਗੇ। ਮੇਨ ਇਨਗਰੀਡੀਐਂਟ ਹੈ ਕਾਜੂ ਅਤੇ ਜਿਹੜੀ ਖਸਖਸ ਹੈ, ਇਹਨਾਂ ਨੂੰ ਅਸੀਂ ਭਿਉਂ ਕੇ ਰੱਖਿਆ ਸੀ 15 ਮਿੰਟ ਪਹਿਲਾਂ ਅਤੇ ਹੁਣ ਅਸੀਂ ਇਸਨੂੰ ਗ੍ਰਾਇੰਡ ਕਰਨ ਜਾ ਰਹੇ ਹਾਂ। ਇਸਦਾ ਵੀ ਅਸੀਂ ਪੇਸਟ ਬਣਾ ਕੇ ਰੱਖ ਲਿਆ। ਇਹਨਾਂ ਦੇ ਵਿੱਚ 2 ਤੋਂ ਲੈ ਕੇ 3 ਚਮਚ ਜਿਹੜੇ ਹੈ ਦਹੀਂ ਐਡ ਕਰਾਂਗੇ। ਪਾਣੀ ਜਿਹੜਾ ਆਪਣਾ ਜਿਹੜਾ ਦਹੀਂ ਹੈ ਪਾਣੀ ਛੱਡ ਜਾਏਗਾ। ਆਹ ਦੇਖੋ, ਉਸਦੇ ਬਾਅਦ ਜਦੋਂ ਪਾਣੀ ਜਿਹੜਾ ਸੁੱਕ ਜਾਏ ਫਿਰ ਉਸਦੇ ਬਾਅਦ ਇਸਦੇ ਵਿੱਚ ਅਸੀਂ ਜਿਹੜੀ ਹੈਗੀ ਪੇਸਟ ਪਾਵਾਂਗੇ ਕਾਜੂ ਦਾ। ਡਾਇਰੈਕਟ ਜਿਹੜਾ ਹੈਗਾ ਦਹੀਂ ਅਤੇ ਜਿਹੜੇ ਟਮਾਟਰ ਹੈ ਇਕੱਠੇ ਨਹੀਂ ਪਾਉਣੇ ਤੁਸੀਂ, ਨਹੀਂ ਤਾਂ ਜਿਹੜਾ ਹੈਗਾ ਉਹ ਕਲਟ ਕਰ ਜਾਏਗਾ ਸਾਰਾ, ਕਿਉਂਕਿ ਯਾਦ ਰੱਖਣਾ ਅਸੀਂ ਇਹਦੇ ਵਿੱਚ ਦੁੱਧ ਵੀ ਥੋੜ੍ਹਾ ਜਿਹਾ ਐਡ ਕਰਾਂਗੇ। ਇਸਦੇ ਵਿੱਚ ਹੁਣ ਕਾਜੂ ਦਾ ਪੇਸਟ ਹੈ ਜਿਹੜਾ ਅਸੀਂ ਉਹ ਐਡ ਕਰ ਰਹੇ ਹਾਂ। ਇਸਦੇ ਵਿੱਚ ਕੋਈ ਵੀ ਹਲਦੀ ਨਹੀਂ ਐਡ ਕਰਨੀ, ਸਿਰਫ ਨਮਕ ਅਤੇ ਮਿਰਚ ਅਸੀਂ ਐਡ ਕਰਾਂਗੇ ਅਤੇ ਬੜਾ ਹੀ ਸੋਹਣਾ ਜਿਹਾ ਕਲਰ ਇਸਦਾ ਆ ਜਾਂਦਾ। ਯਾਦ ਰੱਖਣਾ ਅਸੀਂ ਦਹੀਂ ਵੀ ਪਾਇਆ, ਦਹੀਂ ਵੀ ਖੱਟਾ ਹੁੰਦਾ ਅਤੇ ਟਮਾਟਰ ਸਿਰਫ 2 ਐਡ ਕਰਨੇ, ਜ਼ਿਆਦਾ ਨਹੀਂ ਪਾਉਣੇ ਟਮਾਟਰ। ਹੁਣ ਇਸਦੇ ਵਿੱਚ ਨਮਕ ਸਵਾਦ ਅਨੁਸਾਰ, ਨਾਲ ਹੀ ਲਾਲ ਮਿਰਚ ਐਡ ਕਰਾਂਗੇ। ਅਸੀਂ ਹੋਰ ਕੋਈ ਵੀ ਮਿਰਚ ਨਹੀਂ ਐਡ ਕੀਤੀ ਇਹਦੇ ਵਿੱਚ। ਹੁਣ ਥੋੜ੍ਹਾ ਜਿਹਾ ਦੁੱਧ ਐਡ ਕਰਾਂਗੇ, ਅੱਧਾ ਕੁ ਕੱਪ ਦੁੱਧ ਪਾਵਾਂਗੇ। ਥੋੜ੍ਹਾ ਜਿਹਾ ਪਾਣੀ ਐਡ ਕਰਾਂਗੇ। ਅੱਛੀ ਤਰ੍ਹਾਂ ਇੱਕ ਉਬਾਲਾ ਆ ਜਾਏ ਇਸਦੇ ਵਿੱਚ, ਫਿਰ ਅਸੀਂ ਜਿਹੜਾ ਪਨੀਰ ਹੈ ਉਹ ਪਾ ਕੇ ਉਸਨੂੰ ਢੱਕ ਕੇ 5 ਤੋਂ 10 ਮਿੰਟ ਤੱਕ ਪਕਾਵਾਂਗੇ।
ग्रेवी का कलर कितना सोहना आया है। हुण असीं इस दे विच जिहड़े फ्राइड पनीर है वो असीं ऐड करना है। स्लो गैस करांगे, दो तो तीन मिनट असीं इसनूं रखांगे ढक के। लो जी, साडा पनीर बन के, मुगलाई पनीर जिहड़ा बन के तैयार है। हुण असीं गैस कर रहे हैं बंद, ते हुण असीं इसनूं सर्व करन जा रहे हैं। हाँ जी, साडा मुगलाई पनीर बन के तैयार है। हुण असीं इसदे उत्ते थोड़ा जिहा गर्म मसाला, थोड़ा जिहा धनिया ऐड करांगे, ज़्यादा नहीं। हाँ जी, खुशबू इन्नी अच्छी आ रही है, मेरा तो दिल कर रहा है फटाफट खा लाँ एक करी। सच्ची इन्ना स्वाद बनया ना, जरूर तुसी बनाना, ते मैनू लिखना भी किस तरह का तुहानू लग्या। मैनू दिओ इजाजत, अगले एपीसोड दे विच फिर मिलांगे। धन्यवाद तुहाडा।